गल सब तो पहला भारतीय किसान यूनियन डकौदा दी जिन्हां दा हल्ला बोल प्रदर्शन देखण नूं मिल रहा है सूबा सरकार दे खिलाफ सूबा पदरी प्रदर्शन विशाल जुझार रैली की जा रही है जिस विच पंजाब दे सारे जिलों दे जिला प्रधान पंजाब प्रधान बूटा सिंह बुरज गिल वड्डे काफिले समेत बरनाला पहुंचणगे बीकेयू डकौदा यूनियन दे वल्लों तकरीबन 3 तों 35,000 लोगों के इकट्ठे होने का दावा किया जा रहा है इस रैली दे विच मुख मंगा ने किसानी कर्जे नूं रद्द करवाउणा फसलां दे लई MSP दी गरंटी कानून बनाउणा फसलां दी सरकारी खरीदी गरंटी देणा स्वामीनाथन कमिशन रिपोर्ट लागू करना मृतक किसानां दे परिवारां नूं सरकारी नौकरी ते मुआवजा दिवाउणा भारतीय किसान यूनियन डकौदा दा हल्ला बोल प्रदर्शन सूबा सरकार दे कोल अपनियां मंगां नूं लैके प्रदर्शन दी जिहड़ी गल्लबात कीती गई है ते बीकेयू डकौदा यूनियन दी वलों तकरीबन 30 तों 35,000 लोगों के इकट्ठे होने का दावा किया जा रहा सो साडे सहयोगी दविंदर इस समय साडे नाल बरनाला तो जुड़ चुके ने दविंदर जानना चाहवांगे हल्ला बोल प्रदर्शन है बहुत वड्डा प्रदर्शन की गल आखी जा रही है आखिरकार मुख मंगा की ने और की आखिरकार इस समय की कार्रवाई इस यूनियन दे वलों की गई है जुझार रैली बरनाला की अनाज मंडी के रखी गई है काफी वड्डा जिहड़ा पंडाल है इत्थे लाया जा रहा है तकरीबन 30 तों 35,000 बंदे दे कट दा जिहड़ा दावा भी किया जा रहा है मुख मंगां ने जिहड़ी उन्होंने पहले समय तो चल रही थी जिवें MSP नूं लैके स्वामीनाथन रिपोर्ट नूं लागू करने वास्ते लैके और जिहड़े पंजाब दे विच कर्जे माफी नूं लैके कई तरीके दी जिहड़ियां मंगां सी उन्हां नूं लैके अज इक वार फिर बरनाला दी अनाज मंडी दे विच भारतीय किसान यूनियन डकौदा वल्लों इक वड्डा इकट्ठ आ जिहड़ा जरूर देखण नूं मिलेगा साडे जिहड़े सीनियर आगू ने इत्थे जरूर ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਨਾਲ ਜ਼ਰੂਰ ਗੱਲ ਕਰਾਂਗੇ ਸਰ ਮਨਜੀਤ ਸਿੰਘ ਜੀ ਕਿਸ ਤਰੀਕੇ ਦਾ ਐਲਾਨ ਹੈ ਜਿਹੜਾ ਅੱਜ ਜੁਝਾਰ ਰੈਲੀ ਜ਼ਰੂਰ ਤੁਸੀਂ ਕੰਮ ਜਾ ਰਹੇ ਦੇਖੋ ਪਹਿਲੀ ਗੱਲ ਤਾਂ ਜੁਝਾਰ ਰੈਲੀ ਜੁਝਾਰੂਆਂ ਵੱਲੋਂ ਕੀਤੀ ਜਾ ਰਹੀ ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦ ਹੈ ਉਹਨਾਂ ਵੱਲੋਂ ਰੈਲੀ ਹੈ ਭਾਰਤ ਕਿਸਾਨ ਜੀ ਨੇ ਸਾਡੇ ਕਹਿੰਦਾ ਉਹਦਾ ਇੱਕ ਰਿਸ਼ਤਾ ਤੇ ਕਿਉਂਕਿ ਸਾਡਾ ਜਿਹੜਾ ਇੱਕ ਸਾਲ ਦਾ ਮਤਲਬ ਸੰਘਰਸ਼ ਦੀ ਬਾਰਡਰਾਂ ਤੇ ਚੱਲਿਆ ਪੂਰੇ ਵਿੱਚੋਂ ਜਿਹੜੀ ਅਸੀਂ ਮੰਗਾਂ ਮਨਾ ਕੇ ਆਏ ਹਾਂ ਉਹ ਲਾਗੂ ਨਹੀਂ ਹੋਊ ਜਿਵੇਂ ਮੰਨ ਲਓ ਵੀ ਲਖੀਮਪੁਰ ਖੀਰੀ ਵਾਲਾ ਮਸਲਾ ਉਹ ਜਿਹੜਾ ਐਮਪੀ ਹੈ ਉਹਨੂੰ ਬੰਦ ਲਾਉਂਦਾ ਫਿਰਦਾ ਤੇ ਜਿਹੜੀ MSP ਵਾਲੀ ਕਮੇਟੀ ਬਣਾਉਣ ਦੀ ਉਹਨੂੰ ਬਣੀ ਤੇ ਪੰਜਾਬ ਨਾਲ ਫੇਰ ਮੁੰਡੇ ਜਿਵੇਂ ਜਿਹੜਾ ਨਰਮੇ ਦਾ ਮੁਆਵਜ਼ਾ ਜਿਹੜੀ ਗੁਲਾਬੀ ਟੋਪੀ ਨੇ ਖਾਤਾ ਤੇ ਜਾਂ ਮਤਲਬ ਹੋਰ ਅਨੇਕਾਂ ਮੰਗਾਂ ਨੂੰ ਲੈ ਕੇ ਅਸੀਂ ਇਹ ਜਿਹੜੀ ਸੁਧਾਰ ਰਹੇ ਜੀ ਕਰ ਰਹੇ ਹਾਂ ਵੋਟਾਂ ਦੇ ਦਿਨਾਂ ਦੇ ਵਿੱਚ ਕਿਉਂਕਿ ਪਾਰਟੀਆਂ ਨੇ ਰਾਜ ਕੀਤਾ ਹੈ ਇਹਨਾਂ ਨੇ ਸਾਡੇ ਦੇਸ਼ ਦਾ ਜਿਹੜਾ ਦਰਸ਼ਨ ਹੀ ਕਰਤਾ ਹੈ ਜਿਹੜੇ ਕਹਿੰਦੇ ਅਸੀਂ ਮੁਲਕ ਦੀ ਤਰੱਕੀ ਕਰਾ ਰਹੇ ਹਾਂ ਅੱਜ ਇੱਕ ਜੰਮਦੇ ਬੱਚੇ ਜਿਵੇਂ ਮਤਲਬ 78,000 ਰੁਪਏ ਦਾ ਖਰਚਾ ਹੈ ਉਹ ਸਾਰੀਆਂ ਗੱਲਾਂ ਅਸੀਂ ਲੋਕਾਂ ਨੂੰ ਸਮਝਾਵਾਂਗੇ ਤੇ ਜਿਹੜੀ ਮਤਲਬ ਪਿਛਲੇ ਸਾਲ ਦੀ ਜੁਰਮ ਰਾਸ਼ੀ ਦੇ ਵਿੱਚ ਅਸੀਂ ਲੋਕਾਂ ਨੂੰ ਸਿਖਾ ਕੇ ਲਿਆਏ ਹਾਂ ਇੱਕ ਸਾਲ ਤੋਂ ਉਹ ਸਾਡਾ ਉਹਦਾ ਅਸਰ ਪਿਆ ਲੋਕਾਂ ਤੇ ਬਹੁਤ ਬਹੁਤ ਲੋਕ ਸਵਾਲ ਕਰਨ ਲੱਗੇ ਆ ਸਿਆਸੀ ਲੀਡਰਾਂ ਨੂੰ ਘੇਰ ਘੇਰ ਕੇ ਪੁੱਛਣ ਲੱਗੇ ਆ ਵੀ ਆਹ ਕੀ ਹੋਇਆ ਆਹ ਕੀ ਹੋਇਆ ਆਹ ਕੀ ਹੋਇਆ ਇਹ ਜਦੋਂ ਲੋਕ ਜਾਗਰੂਕ ਹੋਣ ਅਸੀਂ ਅੱਜ ਹੋਰ ਜਾਗਰੂਕ ਕਰਾਂਗੇ ਵੀ ਜਦੋਂ ਹੁਣ ਫੇਰ ਉਹ ਜਿਹੜੇ ਚਿੱਟੇ ਬਗਲੇ ਤੁਹਾਡੇ ਕੋਲ ਆ ਕੇ ਇੱਕ ਲੱਤ ਤੇ ਖੜ ਕੇ ਕਹਿਣਗੇ ਉਦੋਂ ਵੀ ਗੱਡਾ ਨਾ ਸਾਡੀ ਹੁਣ ਕਿਹੜੀ ਪੱਕੀ ਹੈ ਅਸੀਂ ਗੱਡਾ ਨੂੰ ਕੁਛ ਨਹੀਂ ਕਹਿੰਦੇ ਹੁਣ ਨੂੰ ਅਸੀਂ ਗੱਡਾ ਖਾਇਆ ਕਰਨੀ ਹੈ ਲੋਕਾਂ ਨੂੰ ਦਫ਼ਤਰਾਂ ਵੀ ਡਾਟਾ ਵੀ ਤੇ ਬਗਲੇ ਦੀ ਸਕਿਰੀ ਕੀ ਹੁੰਦੀ ਹੈ ਜਿਹੜੀ ਜੌਂਕ ਦੇ ਹਿੰਦੁਸਤਾਨ ਨੂੰ ਖਾਤਾ ਹੈ 70 ਸਾਲਾਂ ਦੇ ਵਿੱਚ ਹੀ ਉਸ ਸ਼ੌਂਕ ਦੇ ਹੁਣ ਲੋਕਾਂ ਨੂੰ ਆ ਕੇ ਕਹਿਣਾ ਲੱਕੜ ਤਾਂ ਸਾਡੀ ਵਾਲੀ ਪੱਕੀ ਹੈ ਹੁਣ ਅਸੀਂ ਹਿੰਦੁਸਤਾਨ ਦੀ ਲੱਕੜ ਦਾ ਕੋਈ ਖਤਰਾ ਨਹੀਂ ਮੰਗੀ ਕੀ ਹੈ ਪੰਜਾਬ ਪੱਧਰ ਦਾ ਕੱਟ ਹੋਇਆ ਕਿੰਨਾ ਕੱਟ ਹੋਣ ਦੀ ਉਮੀਦ ਹੈ ਜਿਹੜੇ ਤੇ ਕੀ ਅਰੇਂਜਮੈਂਟ ਤੁਹਾਡਾ ਕੀਤਾ ਗਿਆ ਦੇਖੋ ਇਹ ਕਰਤਾ ਤਾਂ 15 ਜਿਹੜਾ ਸਾਡੀ ਹੋਂਦ ਹੈ ਜਿਹਦੇ ਚੋਂ ਮਾਲ ਵਿੱਚ ਜਿਹਦੇ ਚੋਂ ਮਾਲ ਵਿੱਚ ਨੂੰ ਖਾਸ ਕਰਕੇ ਆ ਕਈ ਜਿਹੜੇ ਸਾਡੇ ਤਕੜੇ ਆ ਕਈ ਜੇ ਸਾਡੇ ਨਵੇਂ ਉਤਰੇ ਨੇ ਤੇ ਖਾਸ ਕਰਕੇ ਇੱਕ ਪੂਪਲੇ ਜਿਹੜੇ ਚੋਂ ਜਲੰਧਰ ਤੋਂ ਗੁਰਦਾਸਪੁਰ ਤੋਂ ਉੱਥੋਂ ਵੀ ਪਾਰਟਿਸਪੇਸ਼ਨ ਹੋਊਗੀ ਪਰ ਅਸੀਂ ਉਹਨਾਂ ਨੂੰ ਕਹਿੰਦੇ ਲੱਖਾਂ ਦਾ ਹੋਊਗਾ ਉਹ ਲੱਖਾਂ ਦਾ ਕਹਿੰਦੇ ਸਾਨੂੰ ਆਸ ਨਹੀਂ ਹੈ ਸਾਡਾ 35 ਤੋਂ 40,000 ਤੱਕ ਦੀ ਅਨੁਮਾਨ ਹੈਗਾ ਠੰਡ ਬਹੁਤ ਹੈ ਤੇ 40 ਕੁ ਤੱਕ ਅਸੀਂ ਮਤਲਬ ਪ੍ਰਬੰਧ ਕੀਤਾ ਉੱਥੋਂ ਵੀ ਅੱਗੇ ਆ ਵੀ ਮਤਲਬ ਜਨਤਾ ਜ਼ਿਆਦੇ ਆ ਜਾਂਦੀ ਹੈ ਦਿਨ ਲੱਗ ਜਾਂਦਾ ਵੱਧ ਵੀ ਹੋ ਲੱਗਾ ਸਾਡਾ ਅਨੁਮਾਨ ਹੈ 40 ਤੱਕ ਮਨਜੀਤ ਜੀ ਜੇ ਮੋਰਚੇ ਦੀ ਗੱਲ ਕਰਨੀ ਤਾਂ ਮੋਰਚਾ ਜ਼ਰੂਰ ਇੱਕ ਰਾਜਨੀਤਿਕ ਪਾਰਟੀ ਦੇ ਵਿੱਚ ਸਾਹਮਣੇ ਆ ਗਿਆ ਭਾਜਪਾ ਵੱਲੋਂ ਬਿਲਕੁਲ ਨਾ ਕਰ ਦਿੱਤੀ ਗਈ ਆ ਪਰ ਕਿਸ ਤਰੀਕੇ ਦੀ ਸਪੋਰਟ ਦੇ ਕਿਉਂਕਿ ਟਿਕਟਾਂ ਦੀ ਬੰਦ ਆ ਜਿਹੜੀ ਉਹ ਹੋਣੀ ਸ਼ੁਰੂ ਹੋ ਚੁੱਕੀ ਦੇਖੋ ਉਸ ਮੋਰਚੇ ਨੂੰ ਸਾਡਾ ਕੋਈ ਲਕਮਦਾਰੀ ਹੈ
ਅਸੀਂ ਮਤਲਬ ਇਹ ਠੀਕ ਹੈ ਜਿਹੜੀਆਂ ਰਵਾਇਤੀ ਪਾਰਟੀਆਂ ਪਹਿਲਾਂ ਲੜਦੀਆਂ ਸੀ ਉਹ ਅਸੀਂ ਦੇਖੀਆਂ ਹੋਈਆਂ ਅਸੀਂ ਦੂਜਿਆਂ ਦਾ ਉਹਨਾਂ ਦਾ ਵਿਰੋਧ ਨਹੀਂ ਕਰਾਂਗੇ ਜਿਹੜਾ ਐਸ ਐਸ ਐਮ ਬਣਿਆ ਉਹਦਾ ਵਿਰੋਧ ਅਸੀਂ ਇਸ ਕਰਕੇ ਨਹੀਂ ਕਰਾਂਗੇ ਜਦੋਂ ਤਾਂ ਦੇਖਿਆ ਕੁਛ ਨਹੀਂ ਹੈਗਾ ਪਰ ਸਾਡਾ ਲੋਕਾਂ ਨੂੰ ਸੱਦਾ ਇਹੀ ਹੋਊਗਾ ਬਈ ਇਸ ਸਿਸਟਮ ਨੂੰ ਬਦਲੋ ਜੀ ਸਾਡਾ ਜਿਹੜਾ ਇਹ ਅਸਲੀ ਰਾਜ ਜਿਹੜਾ ਲੋਕਾਂ ਦਾ ਰਾਜ ਜਿਹੜਾ ਅਸਲੀ ਰਾਜ ਮੰਗਦਾ ਸੀ ਉਹੋ ਜਿਹਾ ਰਾਜ ਸਮਾਜ ਸੰਯੁਕਤ ਜਿਹੜਾ ਮੋਰਚਾ ਬਣਿਆ ਉਹਨਾਂ ਨੂੰ ਵੀ ਇਹ ਮੁੱਦਿਆਂ ਨੂੰ ਲੈ ਕੇ ਗੱਲ ਕੀਤੀ ਜਾਏਗੀ ਉਹ ਤਾਂ ਕਹਾ ਜਾਂਦੀ ਇਹਨਾਂ ਮੁੱਦਿਆਂ ਤੇ ਕਹਿ ਲੋ ਸਵਾਲ ਕਰਨ ਕਿਸੇ ਨੂੰ ਕਿਸੇ ਬਦਲ ਹੋਵੇ ਜਿਹਦੀ ਮਤਲਬ ਉਹਨਾਂ ਕੋਲ ਇੱਕ ਪ੍ਰੋਗਰਾਮ ਤਾਂ ਹੋਣਾ ਚਾਹੀਦਾ ਨਾ ਕਿ ਇਹ ਸੈਕਟਰ ਦੇ ਵਿੱਚ ਰਹਿ ਕੇ ਇੱਕ ਤਬਦੀਲੀ ਕਰ ਦੇਣਗੇ ਜਿਹਦੀ ਇਹਦੀ ਵਿਆਪਕਤਾ ਕੀ ਹੈ ਜੇ ਨਹੀਂ ਸਵਾਈ ਤਾਂ ਉਹ ਵੀ ਵਿਰੋਧ ਦਾ ਹਿੱਸਾ ਬਣਨਗੇ ਉਹ ਉਹਨਾਂ ਦੀ ਕਮੇਟੀ ਤਾਂ ਬਣ ਗਈ ਫਿਰ ਜੇ ਮਤਲਬ ਉਹਨਾਂ ਕੱਤੀਆਂ ਦੇ ਬਹਿ ਕੇ ਕੁਝ ਕਰਦੇ ਨਹੀਂ ਫਿਰ ਤਾਂ ਉਹ ਵੀ ਵਿਰੋਧ ਦਾ ਹਿੱਸੇ ਬਣਨਗੇ ਕਿਉਂਕਿ ਜਿਹੜੀਆਂ ਕਿਸਾਨ ਜਥੇ ਬੰਦੀਆਂ ਨੇ ਮਤਲਬ ਸਭ ਨੂੰ ਦੇਖਿਆ ਹੋਇਆ ਹੈ ਬਿਲਕੁਲ ਦਵਿੰਦਰ ਤੁਸੀਂ ਆਪਣੀ ਗੱਲਬਾਤ ਜਾਰੀ ਰੱਖੋ ਫਿਲਹਾਲ ਜਿਹੜੀ ਜਾਣਕਾਰੀ ਤੁਸੀਂ ਦਿੱਤੀ ਹੈ ਉਸ ਲਈ ਸ਼ੁਕਰੀਆ ਅਦਾ ਕਰਨਾ ਚਾਹਾਂਗੇ